ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ GK YouTube ਚੈਨਲ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਲੈਸਨ ਨੰਬਰ 3 ਬਾਰੇ, ਅੰਗਰੇਜ਼ੀ ਅੱਖਰਾਂ ਦਾ ਉਚਾਰਨ। ਅੰਗਰੇਜ਼ੀ ਭਾਸ਼ਾ ਦੇ ਸਾਰੇ ਅੱਖਰਾਂ ਤੋਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਜੋ ਆਵਾਜ਼ ਪੰਜਾਬੀ ਦੇ ਅੱਖਰਾਂ ਦੀ ਹੈ ਉਸੇ ਤਰ੍ਹਾਂ ਹੀ ਅੰਗਰੇਜ਼ੀ ਅੱਖਰਾਂ ਦੀ ਆਵਾਜ਼ ਵੀ ਹੋਵੇਗੀ, ਬਲਕਿ ਕੁਝ ਐਸੇ ਅੱਖਰ ਵੀ ਹਨ ਜੋ ਆਪਣੀ ਆਵਾਜ਼ ਨਹੀਂ ਦਿੰਦੇ, ਜਿਸ ਤਰ੍ਹਾਂ ਕਿ ਜੀ। ਇਹ ਅੱਖਰ ਬੋਲਣ ਵਿੱਚ ਜੱਜਾ ਦੀ ਆਵਾਜ਼ ਦੇ ਰਿਹਾ ਹੈ, ਪ੍ਰੰਤੂ ਇਸ ਨੂੰ ਗੱਗੇ ਦੇ ਸਥਾਨ 'ਤੇ ਵੀ ਪ੍ਰਯੋਗ ਕੀਤਾ ਜਾਂਦਾ ਹੈ। ਕਈ ਜਗ੍ਹਾ 'ਤੇ ਇਹ ਅੱਖਰ ਜੱਜੇ ਦੀ ਆਵਾਜ਼ ਵੀ ਦਿੰਦਾ ਹੈ। ਇਸ ਤਰ੍ਹਾਂ ਦੇ ਅੱਖਰਾਂ ਦੀ ਪਹਿਚਾਣ ਬਹੁਤ ਜ਼ਰੂਰੀ ਹੈ। ਐਚ, ਭਾਵੇਂ ਇਹ ਅੱਖਰ ਚੱਚੇ ਦੀ ਆਵਾਜ਼ ਦੇ ਰਿਹਾ ਹੈ, ਪ੍ਰੰਤੂ ਇਸ ਨੂੰ ਹਾਹੇ ਦੇ ਸਥਾਨ 'ਤੇ ਪ੍ਰਯੋਗ ਕੀਤਾ ਜਾਂਦਾ ਹੈ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਅੰਗਰੇਜ਼ੀ ਦਾ ਕਿਹੜਾ ਅੱਖਰ ਕੀ ਆਵਾਜ਼ ਦਿੰਦਾ ਹੈ। ਪੰਜਾਬੀ ਦੇ ਸਥਾਨ ਅੰਗਰੇਜ਼ੀ ਵਿੱਚ ਦੋ ਅੱਖਰਾਂ ਦਾ ਪ੍ਰਯੋਗ। ਧਿਆਨ ਰੱਖਣਾ ਚਾਹੀਦਾ ਕਿ ਪੰਜਾਬੀ ਵਿੱਚ ਕੁਝ ਅਜਿਹੇ ਅੱਖਰ ਵੀ ਹਨ ਜਿਨ੍ਹਾਂ ਦਾ ਅੰਗਰੇਜ਼ੀ ਵਿੱਚ ਕੋਈ ਅੱਖਰ ਨਹੀਂ ਮਿਲਦਾ। ਪੰਜਾਬੀ, ਉਰਦੂ ਜਾਂ ਹਿੰਦੀ ਦੇ ਇਸ ਤਰ੍ਹਾਂ ਦੇ ਅੱਖਰਾਂ ਦੇ ਲਈ ਅੰਗਰੇਜ਼ੀ ਦੇ ਦੋ ਅੱਖਰਾਂ ਦਾ ਇੱਕੋ ਵਾਰੀ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਖੱਖੇ ਦੀ ਜਗ੍ਹਾ ਅੰਗਰੇਜ਼ੀ ਵਿੱਚ KH, ਘੱਗੇ ਦੀ ਜਗ੍ਹਾ GH, ਚੱਚੇ ਦੀ ਜਗ੍ਹਾ CH, ਛੱਛੇ ਦੀ ਜਗ੍ਹਾ CHH, ਝੱਜੇ ਦੀ ਜਗ੍ਹਾ JH, ਠੱਠੇ ਦੀ ਜਗ੍ਹਾ ਅੰਗਰੇਜ਼ੀ ਵਿੱਚ TH, ਡੱਡੇ ਦੀ ਜਗ੍ਹਾ DH, ਬੱਬੇ ਦੀ ਜਗ੍ਹਾ TH, ਥੱਥੇ ਦੀ ਜਗ੍ਹਾ DH, ਫੱਫੇ ਦੀ ਜਗ੍ਹਾ PH, ਭੱਬੇ ਦੀ ਜਗ੍ਹਾ BH, ਸੱਸੇ ਪੈਰ ਬਿੰਦੀ ਦੀ ਜਗ੍ਹਾ SH। ਪੰਜਾਬੀ ਦੇ ਅੱਖਰਾਂ ਨੂੰ ਅੰਗਰੇਜ਼ੀ ਵਿੱਚ ਲਿਖਣ ਦਾ ਢੰਗ। ਅੰਗਰੇਜ਼ੀ ਸਿੱਖਣ ਵਾਲਿਆਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਪੰਜਾਬੀ ਅੱਖਰਾਂ ਨੂੰ ਅੰਗਰੇਜ਼ੀ ਲਿਪੀ ਵਿੱਚ ਲਿਖਣਾ, ਇਸ ਨੂੰ ਰੋਮਨ ਲਿਪੀ ਕਿਹਾ ਜਾਂਦਾ ਹੈ। ਸਵਰ, ਆੜਾ ਏ, ਆੜੇ ਕੰਨਾ AEE, ਈੜੀ ਸਿਹਾਰੀ I, ਈੜੀ ਵਿਹਾਰੀ I ਜਾਂ EE, ਊੜੇ ਔਂਕੜ U, ਊੜੇ ਦਲੈਂਕੜ U ਜਾਂ OO, AAE, AAI, OO, AU, ਅੰਗ AN, ਆੜੇ ਕੰਨਾ AH। ਵਰਨਮਾਲਾ KKA, ਖੱਖੇ ਲਈ KHA, ਗੱਗੇ ਲਈ GA, ਘੱਗੇ ਲਈ GHA, ਨਈਏ ਲਈ NGA, ਚੱਚੇ ਲਈ CHA, ਛੱਛੇ ਲਈ CHH, ਜੱਜੇ ਲਈ JA, ਝੱਜੇ ਲਈ JHA, ਨਾਣੇ ਲਈ YANA, ਟੈਂਕ ਲਈ TA, ਠੱਠੇ ਲਈ THA, ਡੱਡੇ ਲਈ DA, ਢੱਡੇ ਲਈ DHA, ਨਾਣੇ ਲਈ ANA, ਤੱਤੇ ਲਈ TA, ਥੱਥੇ ਲਈ THA, ਦੱਦੇ ਲਈ DA, ਧੱਦੇ ਲਈ DHA, ਨੰਨੇ ਲਈ NA, ਪੱਪੇ ਲਈ PA, ਫੱਫੇ ਲਈ PHA, ਬੱਬੇ ਲਈ BA, ਭੱਬੇ ਲਈ BHA, ਮੰਮੇ ਲਈ MA, ਯੇਯੇ ਲਈ YA, ਰਾਰੇ ਲਈ RA, ਲੱਲੇ ਲਈ LA, ਵਾਵੇ ਲਈ VA ਜਾਂ WA, ਰਾੜੇ ਲਈ RHA, ਸੱਸੇ ਪੈਰ ਬਿੰਦੀ SHA, ਸੱਸੇ ਲਈ SA, ਹਾਹੇ ਲਈ HA। ਪੰਜਾਬੀ ਵਰਨਮਾਲਾ ਦਾ ਹਰ ਇੱਕ ਅੱਖਰ ਬੋਲਣ ਦੇ ਬਾਅਦ ਆੜੇ ਦੀ ਆਵਾਜ਼ ਮੂੰਹ ਵਿੱਚੋਂ ਨਿਕਲਦੀ ਹੈ, ਇਸ ਲਈ ਹਰ ਇੱਕ ਅੱਖਰ ਨੂੰ ਅੰਗਰੇਜ਼ੀ ਵਿੱਚ ਲਿਖਣ ਵੇਲੇ ਇਹ ਜ਼ਰੂਰ ਜੋੜ ਦਿੱਤਾ ਜਾਂਦਾ ਹੈ। ਅੱਗੇ ਆ ਮੁਹਾਰਨੀ। ਦੋਸਤੋ, ਮੁਹਾਰਨੀ ਦੇ ਸਾਰੇ ਸ਼ਬਦਾਂ ਇਹ ਸਾਰੇ ਮੁਹਾਰਨੀ ਦੇ ਸ਼ਬਦਾਂ ਦਾ PDF ਵਿੱਚ ਤੁਹਾਨੂੰ ਫਾਈਲ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇ ਦੂੰਗਾ। ਤੁਸੀਂ ਇਸ ਸਾਰੀ ਫਾਈਲ ਨੂੰ ਉਸ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। ਉਸ ਡਾਊਨਲੋਡ ਦੀ ਮਦਦ ਨਾਲ ਤੁਸੀਂ ਇਹ ਪੂਰੀ ਤਰ੍ਹਾਂ ਪੜ੍ਹ ਸਕਦੇ ਹੋ। ਇਹ ਲੈਸਨ ਨੰਬਰ 3 ਆ, ਇਹਦੇ ਸਾਰੇ ਪੇਜਾਂ ਦਾ ਮੈਂ PDF ਤੁਹਾਨੂੰ ਡਿਸਕ੍ਰਿਪਸ਼ਨ ਦੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਤੁਸੀਂ ਇਹਨੂੰ ਪੂਰਾ ਪੜ੍ਹ ਲੈਣਾ, ਪੂਰੇ ਧਿਆਨ ਨਾਲ ਪੜ੍ਹ ਲੈਣਾ। ਦੋਸਤੋ, ਇਹ ਸੀ ਅੱਜ ਦੀ ਵੀਡੀਓ। ਅਗਲੀ ਵੀਡੀਓ ਲਈ ਮਿਲਦੇ ਹਾਂ। ਦੋਸਤੋ, ਸਾਡੀ ਪਹਿਲੀ ਵੀਡੀਓ ਲੈਸਨ ਨੰਬਰ 1 ਦੇਖਣ ਲਈ ਤੁਸੀਂ ਸਾਡੀ ਪਲੇਲਿਸਟ, ਚੈਨਲ ਦੀ ਪਲੇਲਿਸਟ ਪੰਜਾਬੀ ਟੂ ਇੰਗਲਿਸ਼ ਸਪੀਕਿੰਗ ਕੋਰਸ 'ਤੇ ਜਾ ਕੇ ਸਾਰੇ ਲੈਸਨ ਦੇਖ ਸਕਦੇ ਹੋ। ਦੋਸਤੋ, ਵੀਡੀਓ ਚੰਗੀ ਲੱਗੀ ਤਾਂ ਇਸਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸਾਡੇ YouTube ਚੈਨਲ ਪੰਜਾਬ GK ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਮਿਲਦੀਆਂ ਰਹਿਣ। ਧੰਨਵਾਦ।